ਭਾਈ ਦਿੱਤਾ ਹੈ ਤੁਹਾਡੇ ਅੱਬੇ ਨੂੰ 10,000 ਰੁਪਇਆ, ਮੈਂ ਕੋਈ ਝੂਠ ਬੋਲਣ ਡਿਆ? ਭਾਅ ਜੀ ਇਸ ਗੱਲ ਦੀ ਕਿਹੜੀ ਗਰੰਟੀ ਹੈ? ਕਿਵੇਂ ਤੁਸੀਂ ਦੱਸ ਕਹਿ ਸਕਦੇ ਹੋ ਕਿ ਮੈਂ ਤੁਹਾਡੇ ਅੱਬੇ ਨੂੰ 10,000 ਦਿੱਤਾ? ਨਾ ਕੋਈ ਤੁਸੀਂ ਲਿਖ ਪੜ੍ਹਤ, ਨਾ ਕੋਈ ਵਿੱਚ ਗਵਾ ਚਾਹ ਵਾਲਾ ਕਹਿ ਦੇਵੇ ਆਣ ਕੇ ਕਿ ਤੁਸੀਂ ਮੇਰੇ ਅੱਬੇ ਨੂੰ 10,000 ਦਿੱਤਾ। ਮੈਂ ਤਾਂ ਦਿੱਤਾ ਹੈ ਭਾਈ 10,000। ਇਹ ਹੁਣ ਕੌਣ ਜਾਵੇ ਜੀ ਅੱਬੇ ਜੀ ਨੂੰ ਪੁੱਛਣ? ਇਹ ਤਸਦੀਕ ਇੰਜੀ ਹੋ ਸਕਦੀ ਹੈ ਕਿ ਥਾਇਆ ਮਰਜ ਤਾਏ ਕੋ ਮੂੰਹ ਖਾਲਾ ਕਰਾਉਣਾ। ਆਉਂਦੇ 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 ਦਵਾਈ ਕਿਹੜੀ ਲੈਣੀ ਤੁਸੀਂ? ਦਿਓ। ਲਿਆਜ਼ਾ ਜੀ ਜੋ ਵੀ ਆ ਕਾਰੀ ਸਾਹਿਬ ਜੋ ਕਹਿ ਰਹੇ ਆ, ਮੈਂ ਨਹੀਂ ਤੁਹਾਡੇ ਤੋਂ ਮੁਤਮਨ। ਕਾਰੀ ਸਾਹਿਬ ਉਹ ਕਹਿ ਰਹੇ ਮੁਤਮਨ ਨਹੀਂ ਹੈਗੇ, ਸਮਝ ਲੱਗੀ? ਮੈਂ ਨਹੀਂ ਚਾਹਤਾ ਕਿ ਆਪ ਖਾਲੀ ਯਹਾਂ ਸੇ ਉੱਠ ਕਰ ਜਾਏ। ਬੱਚਾ ਅਬ ਯਾਕੂਬ ਸਾਹਿਬ ਬਾਤ ਸੁਣੀਏ, ਅੱਗੇ ਗੱਲ ਕੀਤੀ ਮੈਂ, ਅੱਗੇ ਤਾਂ ਨਿਕਾਹ ਕੋਈ ਨਹੀਂ ਕਰਾਉਣਾ ਤੁਹਾਡਾ ਆਪਣੇ ਵਾਸਤੇ। ਉਰਦੂ ਵੀ ਚੱਲ ਗਿਆ ਇੱਥੇ, ਚੱਲ ਤੁਸੀਂ ਅੱਗੇ ਗੱਲ ਕੀਤੀ ਨਾ ਤੁਹਾਡਾ ਅੱਗੇ। ਮੈਂ ਕਿਹਾ ਮੈਂ ਮਾੜਾ ਜਿਹਾ ਵਿੱਚ ਹੁਣ ਪਾਵਾਂ ਨਾ ਕੰਮ, ਥੋੜਾ ਜਿਹਾ ਡਰੈਕ ਤੋਂ ਵੀ ਬਚਿਆ ਰਹੂਗਾ। ਮੈਂ ਕਿਹਾ ਵਿੱਚ ਮਾੜਾ ਜਿਹਾ ਪਾਵਾਂ ਕੀ ਆ? ਅੱਗੇ ਉਰਦੂ ਨਹੀਂ ਸੀ ਚੜ੍ਹਦੀ, ਹੁਣ ਪੰਜਾਬੀ ਚ ਕਹਿ ਰਿਹਾ ਮੈਂ ਤੁਹਾਡੇ ਕੋਲ ਨਿਕਾਹ ਵਿੱਚ ਭਰਾ। ਅੱਛਾ ਜੇ ਤੁਸੀਂ ਅੱਗੇ ਗੱਲ ਕੀਤੀ ਯਾਰ, ਲਓ ਸੁਣੋ ਯਾਰ, ਮਜ਼ੇਦਾਰ ਗੱਲ ਆ। ਪੈਨਾਡੋਲ ਦੇ ਰਹੇ ਹੋ, ਆ ਦੇ ਰਹੇ ਹੋ, ਪਤਾ ਨੀ ਤੇਰੀ ਗਰਾਰੀ ਟੁੱਟੀ ਅੰਦਰ ਲਈ। ਅਸੀਂ ਦਵਾਈ ਆ ਕਿ ਕਣਕ ਸਟਾਈ ਹੋਈ ਆ। ਆਪਣੀ ਜ਼ੁਬਾਨ ਤੇ ਕੰਟਰੋਲ ਕਰ, ਥੱਪੜ ਖਾਏਗਾ ਮੇਰੇ ਕੋਲ, ਥੱਪੜ ਖਾਏਗਾ ਕਿਦਾਂ? ਤੇਰਾ ਕੁੱਤੇ ਦੇ ਪੈਰ ਵਰਗਾ ਬੂਗਾ। ਆ ਮਲਾ ਆਪਣੇ ਰਿਸ਼ਤੇਦਾਰਾਂ ਦੇ ਪੈਰਾਂ ਨਾਲ ਮੇਰੇ ਮੂੰਹ ਮਲਾ, ਤਾਂ ਲਾ ਹੀ ਨਹੀਂ ਲਿਆ ਤੇਰੇ ਭਰਾ ਦਾ। ਨਹੀਂ ਚਲੋ ਆਇਤੋ ਜਿਹਨਾਂ ਕੋਲ ਵਾਰੀ ਤਾਂ ਤੁਹਾਡੀ ਹੈ, ਵਾਰੀ ਤਾਂ ਤੁਹਾਡੀ ਨਹੀਂ ਨਹੀਂ ਤੁਹਾਡਾ ਬਣਦਾ ਤੁਹਾਡਾ ਭਾਜੀ, ਜਿੰਨੇ ਨੇ ਵਿਆਹ ਦਾ ਦਿਲ ਤੇ ਲਾਇਆ ਮੇਰੇ ਤੋਂ ਪਹਿਲਾਂ ਚਲੇ ਜਾਣਾ। ਅਬੂ ਮੈਂ ਤੇ ਮੁੰਡਾ ਵਿਆਹ ਕਰੋ ਕੁੜੀ, ਜ਼ਖਮ ਇੰਨਾ ਕੁ ਹੁੰਦਾ ਕਿ ਵਿਹੜੇ ਜਿੱਡਾ ਹੁੰਦਾ ਵੀ ਜ਼ਖਮ ਦੇ ਵਿੱਚ ਬਹਿ ਕੇ। ਮਤਲਬ ਮੈਡੀਕਲ ਸਟੋਰ ਵਾਲੇ ਬੰਦੇ ਇੰਤਹਾਈ ਸੀਰੀਅਸ ਹੁੰਦੇ ਨੇ, ਮਤਲਬ ਮੈਂ ਸਿੱਧੀ ਗੱਲ ਕਰ ਰਿਹਾ, ਤੁਸੀਂ ਅੱਗੋਂ ਮੈਨੂੰ ਪੁੱਠੀ ਗੱਲ ਕਰ ਰਹੇ ਹੋ। ਤੇਰੀ ਮਿਹਰਬਾਨੀ ਸਾਡੇ ਕੋਲ ਨਹੀਂ ਹੈਗੀ, ਡਕਾਰ ਤੋਂ ਪਹਿਲਾਂ ਗੱਲ ਸੁਣ, ਸਾਡੀ ਗੱਲ ਸੁਣ ਲੈ, ਤੇਰੀ ਮਿਹਰਬਾਨੀ ਆਪਣੇ ਡਕਾਰ ਤੋਂ ਪਹਿਲਾਂ ਸਾਡੀ ਗੱਲ ਸੁਣ ਲੈ। ਲਿਆਜ਼ਾ ਗੱਲ ਇਹ ਆ ਕਿ ਤੁਹਾਨੂੰ ਮੈਂ ਦੱਸਿਆ ਸੀ ਕਿ ਬੱਚੀ ਅਮਰੀਕਾ ਪੜ੍ਹਨ ਗਈ ਹੈ, ਹਾਂਜੀ ਹਾਂਜੀ, ਤੇ ਇਹ ਮੌਲਵੀ ਸਾਹਿਬ ਨੂੰ ਬਾਰ ਬਾਰ ਕਹੀ ਜਾਣ ਡਿਆ ਕੁੜੀ ਕੱਢੋ ਕੁੜੀ ਕੱਢੋ, ਲਾਹੌਲ ਬੋਲਾ ਜਿਹੜੇ ਹੁਣ ਮਾਸ਼ਰੇ ਚ ਲੋਕ ਬੈਠੇ, ਸਾਡੀ ਕੋਈ ਇੱਜ਼ਤ ਆ? ਹਾਂਜੀ ਹਾਂਜੀ, ਤੁਹਾਡੀ ਇੱਜ਼ਤ ਆ, ਸਾਡੀ ਵੀ ਇੱਜ਼ਤ ਆ। ਕੁੜੀ ਜਿਹੜੀ ਹੈ ਨਾ ਉਹ ਗਈ ਆ ਅਮਰੀਕਾ ਪੜ੍ਹਨ, ਆਪਾਂ ਕੁੜੀ ਅੱਜ ਵੀ ਕਰਨੀ ਹੈਗੀ? ਨਹੀਂ ਨਹੀਂ ਵਿੱਚ ਕੀ ਉਹ ਹਲਕਾ ਜਿਹਾ ਰੱਖਿਆ ਗਿਆ, ਪਤਾ ਹੀ ਹੈ ਜਿਹੜਾ ਜਿਹੜਾ ਸੌਦਾ ਪਿਆ ਇੱਥੇ। ਕਿਹੜਾ ਸੌਦਾ ਪਿਆ? ਤੈਨੂੰ ਸੌਦਾ ਹੀ ਸੈਂਡਲ ਲੱਗੇ ਆ, ਜੁੱਤੀਆਂ ਆ,
ਸਾਰਾ ਤੈਨੂੰ ਕੀ ਲੱਗਣ ਡਿਆ ਹੱਦ ਹੋ ਗਈ ਹੈ ਤੇਰੀ ਤੁਸੀਂ ਤਾਂ ਗੁੱਸਾ ਕਰੀ ਜਾਣ ਡਿਆ ਮਤਲਬ ਕਿ ਤੁਸੀਂ ਦੁਕਾਨ ਦਾ ਤੂੰ ਮਿੰਟ ਕੁ ਬਾਅਦ ਸਾਨੂੰ ਆ ਪੈਨਾਡੋਲ ਦੇ ਰਹੇ ਆ ਦੇ ਰਹੇ ਖਾਓ ਪਤਾ ਨਹੀਂ ਤੇਰੀ ਗਰਾਰੀ ਟੁੱਟੀ ਆ ਅੰਦਰਲੀ ਅਸੀਂ ਦਵਾਈ ਆ ਕਿ ਕਣਕ ਸਟਾਈ ਹੋਈ ਜਾਂ ਤੂੰ ਆ ਅੱਛਾ ਚਲੋ ਫਰੇਮ ਚੇਂਜ ਕਰ ਰਹੇ ਹਾਂ ਉਸਦਾ ਪਤਾ ਨਹੀਂ ਕੁੱਤਾ ਖਾਦਾ ਦੋਲਾ ਜੀ ਯਾਰ ਲੜਦੇ ਹੀ ਰਹਿੰਦੇ ਬੋਲਦੇ 24 ਘੰਟੇ ਲੜਦੇ ਆ ਅਸੀਂ ਕੁੱਤਾ ਖਾਦਾ ਆਹੋ ਕਾਕਾ ਬੈਰ ਰੈਫਲੀ ਆ ਵੀ ਤੁਹਾਡੀ ਹਰ ਲੜਾਈ ਦੇ ਵਿੱਚ ਪਿਆ ਵਾ ਸੀਟੀ 12 ਤੁਸੀਂ ਲੜ ਪੋ ਅਸੀਂ ਕੁੱਤਾ ਖਾਦਾ ਤੈਨੂੰ ਇੱਡੀ ਤਵੀਜ਼ ਲਈ ਕਿ ਮੇਰਾ ਵੱਡਾ ਭਰਾ ਆ ਤੂੰ ਮੈਨੂੰ ਉੱਟ ਕੇ ਆ ਆ ਦਿਖਾ ਕੇ ਮੈਨੂੰ ਮਾਰ ਲਿਆ ਇਹ ਐਨੇ ਨੇ ਸੀ ਐਨੇ ਨੇ ਜਦੋਂ ਮੈਂ ਪਾਲ ਕੇ ਵੱਡੇ ਨਹੀਂ ਭਾਜੀ ਵੱਡੇ ਕਰੋ ਐਨੇ ਨੇ ਕਿੱਥੇ ਹੁੰਦੇ ਇਹਨੇ ਤੇ ਵਾਲ ਹੁੰਦੇ ਆ ਬੰਦੇ ਥੋੜੇ ਟੂਏ ਸੀ ਭਾਜੀ ਲਾਲ ਵੇਖ ਸੀ ਇਹ ਹੁਣ ਉਦਣ ਜਿੱਦਣ ਤੁਸੀਂ ਜ਼ਖਮੀ ਹੋਣਾ ਉਦਣ ਮੁਲਾਕਾਤ ਹੋਏਗੀ ਚਾਚੂ ਜ਼ਖਮੀ ਕੋਈ ਲੜੇ ਜ਼ਖਮੀ ਹੁੰਦੇ ਨੇ ਮੈਂ ਕੋਈ ਅਸੀਂ ਮਲਵੇ ਥਲੇ ਬੈਠੇ ਹੋਣਾ ਵੀ ਸਾਡੇ ਛੱਤ ਡਿੱਗ ਪੈਣੀ ਹੈ ਕੇਸੀ ਬਾਜੀ ਵਾਲਿਆਂ ਨੂੰ ਪੈਸੇ ਨਹੀਂ ਦੇਣੇ ਉਹਨਾਂ ਨੇ ਮੈਨੂੰ ਕੰਧਾਂ ਨਾਲ ਘੜੀਸ ਦੇ ਲਿਆਣਾ ਐਡਾ ਜ਼ਖਮੀ ਕਰ ਦੇਣਾ ਸਭ ਤੋਂ ਜ਼ਿਆਦਾ ਤੇਰੇ ਅੱਬੇ ਨੂੰ ਮਾਰਨਾ ਹੀ ਉਹਨਾਂ ਨੇ ਅੱਬਾ ਜੀ ਦੀ ਖੈਰ ਆ ਲੇਕਿਨ ਮੈਂ ਉਦੋਂ ਵਿਆਹ ਤੇ ਨਹੀਂ ਆਉਣਾ ਇਹ ਤੇ ਪਾਉਣਾ ਮਾਮੇ ਲਓ ਜੀ ਮੇਲ ਬੰਦਾ ਕਹਿੰਦਾ ਮੈਂ ਵਿਆਹ ਤੇ ਵੀ ਮਰੇ ਆ ਗੱਲ ਲੱਗੀ ਇਹ ਟਾਇਰ ਦਾ ਮਾਮਾ ਲੱਗਣ ਦੇ ਆ ਤੁਹਾਨੂੰ ਇਹਨੇ ਪੰਜੀਰੀ ਲੈ ਕੇ ਜਾਣੀ ਉਹਦੇ ਵਾਸਤੇ ਯਾਰ ਹੈ ਉਹ ਤੂੰ ਉਹ ਕਿੰਨਾ ਗੱਲਾਂ ਕਰੀ ਜਾਂਦਾ ਉਹ ਤਾਂ ਆ ਬੈਠਾ ਆ ਤੂੰ ਸਾਲਿਆ ਐਵੇਂ ਨੈਣ ਨਕਸ਼ਾ ਕੀਤੇ ਆ ਨਾ ਗੱਲ ਦਾ ਬਾਤ ਉਹ ਤਾਂ ਆ ਬੈਠਾ ਆ ਤੂੰ ਲਾਦਾ ਕਾਮਾਂ ਨਾਲ ਗੱਲਾਂ ਕਰੀ ਜਾਣ ਡਿਆ ਆ ਬੈਠਾ ਆ ਬੰਦਾ ਮੈਨੂੰ ਇੰਝ ਲੱਗਦਾ ਵੀ ਗੱਲ ਇਹ ਕਰਨ ਡਿਆ ਜਵਾਬ ਤੂੰ ਉਤਲੇ ਨੂੰ ਦੇਣ ਡਿਆ ਅਰਸ਼ ਵਾਲਿਆਂ ਨੂੰ ਤੈਨੂੰ ਯਾਰ ਪਰੇ ਜਾ ਕਮੀਜ਼ ਪਾਟਣ ਨਹੀਂ ਹੁੰਦੀ ਉਹ ਤੇ ਪਰੇ ਚੱਲ ਜਾ ਕਮੀਜ਼ ਪਾਟਣ ਨਹੀਂ ਹੁੰਦੀ ਅੱਛਾ ਐ ਦੁਬਾਰਾ ਗੱਲ ਕਰੋ ਐ ਤੁਸੀਂ ਇਸ ਪਾਸੇ ਜਾ ਤੁਸੀਂ ਕੋਈ ਭਾਜੀ ਲੱਤਾਂ ਤਾਂ ਕਰ ਲਓ ਕਿਤੇ ਤੁਹਾਡੀਆਂ ਲੱਤਾਂ ਤੋਂ ਛਾਂਗਣਾ ਨਾ ਸ਼ੁਰੂ ਹੋ ਜੇ ਕਬੂਤਰ ਆ ਯਾਰ ਲੱਕਾ ਕਬੂਤਰ ਆ ਬਦਮਾਸ਼ ਇਹਨਾਂ ਨੂੰ ਕੌਣ ਕਹਿੰਦਾ ਯਾਰ ਉਹ ਦੇਖੋ ਸੀ ਇੰਜ ਆ ਮਤਲਬ ਪਿੱਛੋਂ ਨਿਜ਼ਾਮ ਇੰਜ ਆ ਹਾਂ ਤੇ ਅੱਗੋਂ ਇੰਜ ਆ ਪਿੱਛੋਂ ਕੰਜ ਮਤਲਬ ਪਿੱਛੋਂ ਕੋਈ ਹਾਥੀ ਆ ਸਾਢੇ ਤਿੰਨ ਤਿੰਨ ਫੁੱਟ ਦੇ 66 ਕੈਪਸੂਲ ਚਾਹੀਦੇ ਨੇ ਮੈਂ 3.5 ਫੁੱਟ ਤਕਰੀਬਨ ਇੰਨਾ ਕੁ ਹੁੰਦਾ ਭਾਈ ਨੇ ਗੁੱਲੀ ਡੰਡੇ ਮੈਡੀਕਲ ਤੋਂ ਤੁਸੀਂ ਲਿਖਾਈਆਂ ਵਾ ਸ਼ਾਮ ਯਾਰ ਭਾਈ ਗੱਲ ਸੁਣ ਇੱਧਰ ਇਹ ਨਾਲ ਦਿਆਂ ਦਾ ਖੁੱਲਾ ਮੈਡੀਕਲ ਸਟੋਰ ਜਾਈ ਜ਼ਰਾ ਜਾਂ ਮੇਰਾ ਵੀਰ ਹੋਇਆ ਉਧਰੋਂ ਜਾਂ ਹੋਇਆ ਤੇ ਆਪਣੇ ਕੋਲ ਲੈ ਰਹੇ ਮੰਜਾ ਘੜੀ ਸੁਣ ਡਿਆ ਉਹਨੇ ਏਡਾ ਬੁਰਾ ਡਕਾਰ ਤੇਰਾ ਮੰਜਾ ਘੜੀ ਸੁਣ ਅੱਜ ਅੱਜ ਤੇ ਵੀ ਤਸਲੀਮ ਸਭ ਚੜੇ ਪਏ ਨੇ ਆ ਜਾਓ ਆ ਜਾਓ ਅੱਛਾ